ਸੀ, ਕਿਉਂਕਿ ਜਿਸ ਤਰ੍ਹਾਂ ਸਾਡੇ ਇਨਵਾਇਰਮੈਂਟ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ, ਪੋਲਿਊਸ਼ਨ ਬਹੁਤ ਵੱਧ ਗਈ ਹੈ, ਹੀਟਿੰਗ ਬਹੁਤ ਜ਼ਿਆਦਾ ਹੋ ਗਈ ਹੈ, ਤੋ ਇਹ ਇੱਕ ਬੜਾ ਅੱਛਾ ਉਪਰਾਲਾ ਔਰ ਆਮ ਲੋਕਾਂ ਨੂੰ ਇਹ ਅਵੇਅਰਨੈਸ ਹੈ ਕਿ ਜਿਹੜੇ ਪੌਦੇ ਨੇ ਸਾਡੇ ਲਈ ਕਿੰਨੀ ਅਹਿਮੀਅਤ ਰੱਖਦੇ ਨੇ, ਔਰ ਜਿਹੜਾ ਵੀ ਕੋਈ ਪੋਲ ਕਰਕੇ ਜਾ ਰਿਹਾ ਉਹਨਾਂ ਨੂੰ ਨਾਲ ਦੇ ਨਾਲ ਜਿਹੜੀ ਐਡਮਿਨਿਸਟ੍ਰੇਸ਼ਨ ਆਈ ਕਿ ਬਹੁਤ ਦੱਸਦੀ ਜੀ। ਅਸੀਂ ਪੋਲਿੰਗ ਵੋਲੰਟੀਅਰਸ ਜਿਹੜੇ ਨੇ ਪੋਲਿੰਗ ਬੂਥ ਤੇ ਲਗਾਉਣੇ ਸੀਗੇ, ਔਰ ਉਹਨਾਂ ਦੀ ਜਿਹੜੀ ਏਜ ਹੈ ਨਾਟ ਲੈਸ ਦੈਨ 18, ਸੋ ਇਹ ਸਾਡੇ ਆਪਣੇ ਹੀ ਸਕੂਲ ਦੇ ਬੱਚੇ ਨੇ ਜਿਨ੍ਹਾਂ ਨੇ ਵੋਲੰਟੀਅਰਲੀ ਜਿਹੜੀ ਅੱਗੇ ਆ ਕੇ ਇਹ ਸਰਵਿਸ ਦੇਣ ਦੀ ਯੈਸ ਕੀਤੀ ਸੀ, ਔਰ ਇਹ ਬੱਚੇ ਸਾਡੇ ਜਿਹੜੇ ਨੇ ਵੋਲੰਟੀਅਰਲੀ ਸਰਵਿਸ ਦੇ ਰਹੇ ਨੇ ਐਜ਼ ਪੋਲਿੰਗ ਜਿਹੜੇ ਵੋਲੰਟੀਅਰਸ। ਇਹ ਇੱਕ ਮੈਸੇਜ ਹੈ ਜੀ, ਰੰਗੋਲੀ ਦੇ ਵਿੱਚ ਵੀ ਜੀ ਵਾਤਾਵਰਨ ਹੀ ਦਰਸਾਇਆ ਗਿਆ, ਔਰ ਇਹ ਬੱਚੇ ਬੜੇ ਮੋਟੀਵੇਸ਼ਨਲ ਜਿਹੜੀ ਅਪਰੋਚ ਹੈਗੀ ਹੈ ਆਮ ਲੋਕਾਂ ਨੂੰ, ਕਿ ਬੱਚੇ ਜਿਹੜੇ ਨੇ ਛੋਟੇ ਛੋਟੇ ਬੱਚੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਹੋ ਕੇ ਸਾਡੇ ਇਸ ਵਾਤਾਵਰਨ ਨੂੰ ਸਵੱਛ ਬਣਾਉਣ ਦੇ ਵਿੱਚ ਹੈਲਪਫੁਲ ਨੇ। ਜੀ, ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਮੁਤਾਬਕ ਡੀਸੀ ਸਾਹਿਬ ਵੱਲੋਂ ਹੁਕਮ ਕੀਤਾ ਗਿਆ ਸੀਗਾ ਕਿ ਆਪਣਾ ਵਿਧਾਨ ਸਭਾ ਹਲਕਾ ਬਟਾਲਾ ਦੇ ਵਿੱਚ ਇੱਕ ਬੂਥ ਸੈਟਅਪ ਕੀਤਾ ਜਾਵੇ, ਜਿੱਥੇ ਕੁਝ ਵਾਤਾਵਰਨ ਦੇ ਸੰਬੰਧ ਵਿੱਚ ਲੋਕਾਂ ਨੂੰ ਅਵੇਅਰਨੈਸ ਕੀਤੀ ਜਾਵੇ ਤੇ ਕੁਝ ਸਹੂਲਤਾਂ ਦਿੱਤੀਆਂ ਜਾਣ, ਤਾਂ ਉਸ ਨੂੰ ਚੀਜ਼ ਨੂੰ ਮੱਦੇ ਰੱਖਦੇ ਹੋਇਆ SDM ਮੈਡਮ ਵੱਲੋਂ ਫੋਰੈਸਟ ਡਿਪਾਰਟਮੈਂਟ ਦੀ, ਪੋਲਿਊਸ਼ਨ ਕੰਟਰੋਲ ਬੋਰਡ ਦੀ ਤੇ DO ਬਟਾਲਾ ਦੀ ਇੱਕ ਟੀਮ ਬਣਾਈ ਗਈ ਸੀਗੀ। ਉਹਨਾਂ ਵੱਲੋਂ ਸਾਡੀ ਟੀਮ ਵੀ ਉਪਰਾਲੇ ਵੱਲੋਂ ਇੱਕ ਗ੍ਰੀਨ ਹਟ ਬਣਾਈ ਗਈ ਹੈ ਜਿੱਥੇ ਲੋਕ ਵੋਟ ਤੇ ਪਾਉਣ ਮਗਰੋਂ ਆਪਣੀ ਇੱਕ ਯਾਦਗਾਰ ਫੋਟੋ ਖਿਚਵਾ ਸਕਣ। ਉਸ ਤੋਂ ਉਪਰੰਤ ਇੱਕ ਸਟਾਲ ਸੈੱਟ ਕੀਤੀ ਗਈ ਹੈ ਵੀ ਜਿੱਥੇ ਵਨ ਵਿਭਾਗ ਵੱਲੋਂ ਕਿਸੇ ਵੀ ਵੋਟਰ ਨੂੰ ਜਿਹੜਾ ਆਉਂਦਾ ਹੈ ਵਿਲਿੰਗਲੀ, ਜਿਹੜਾ ਆਪਣੇ ਵਾਸਤੇ ਕੋਈ ਪੌਦਾ ਲਿਜਾਣਾ ਚਾਹੁੰਦਾ ਹੈ, ਫਲਦਾਰ ਚਾਹੇ ਛਾਂਦਾਰ ਬੂਟਾ ਲਿਜਾਣਾ ਚਾਹੁੰਦਾ ਹੈ, ਉਹ ਵੰਡੇ ਜਾ ਰਹੇ ਹਨ ਤਾਂ ਕਿ ਜੋ ਵੀ ਹੀਟ ਵੇਵ ਤੋਂ ਨਾਰਥ ਇੰਡੀਆ ਆਪਣਾ ਜੂਝ ਰਿਹਾ ਉਸ ਨੂੰ ਖਤਮ ਕਰਨ ਵੱਲ ਇੱਕ ਛੋਟਾ ਜਿਹਾ ਉਪਰਾਲਾ ਸ਼ੁਰੂ ਕੀਤਾ ਜਾ ਸਕੇ। ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ ਮੈਂ ਇੱਕ ਯਾਦਗਾਰ ਫੋਟੋ ਖਿਚਾਉਣ ਲਈ ਹੱਟ ਬਣਾਈ ਗਈ ਹੈ, ਹਰ ਕਿਸੇ ਨੂੰ ਹੁੰਦਾ ਕਿ ਮੈਂ ਗਿਆ ਸੀਗਾ ਉੱਥੇ ਤਾਂ ਇੱਕ ਯਾਦਗਾਰ ਉਸ ਪਲ ਨੂੰ ਕਿਤੇ ਵੀ ਕਿਸੇ ਮੂਮੈਂਟ ਸਕੈਚ ਕਰ ਲਵਾਂ, ਪਰ ਕਿਤੇ ਵੀ ਬਾਹਰ ਜਾਂਦੇ ਹਾਂ ਤਾਂ ਅੱਜ ਕੱਲ੍ਹ ਆਪਣੀ ਕੋਸ਼ਿਸ਼ ਹੁੰਦੀ ਹੈ ਹਰ ਜਗ੍ਹਾ 'ਤੇ ਇੱਕ ਫੋਟੋ ਖਿਚਾਉਣ ਦੀ, ਸੋ ਦੈਟ ਉਹ ਮੈਮਰੀ ਮੇਰੇ ਯਾਦ ਧਿਆਨ 'ਚ ਰਹੇ, ਮੇਰੇ ਫੋਨ 'ਚ ਕੈਪਚਰ ਹੋ ਜਾਏ, ਤਾਂ ਉਸੇ ਲਈ ਲੋਕ ਨਾਲ ਦੀ ਨਾਲ ਸਾਡੇ ਕੋਲ ਆ ਕੇ ਬੂਥ ਫੋਟੋਆਂ ਖਿਚਾ ਰਹੇ ਨੇ। ਉਸ ਉਪਰੰਤ ਜਿਹੜੇ ਬੰਦੇ ਨੂੰ ਲੱਗਦਾ ਕਿ ਮੈਂ ਘਰੇ ਕੋਈ ਬੂਟਾ ਲਗਾ ਸਕਦਾ, ਉਹ ਸਾਡੇ ਤੋਂ ਬੂਟਾ ਵੀ ਲੱਗ ਜਾ ਰਹੇ। ਜ਼ਿਲ੍ਹਾ ਗੁਰਦਾਸਪੁਰ ਕੀ ਹੈ ਬੂਥ ਕਿੰਨਾ? ਜੀ ਬਿਲਕੁਲ ਜੀ, ਲੋਕ ਸਭਾ ਹਲਕਾ 'ਚ ਹੀ, ਲੋਕ ਸਭਾ ਹਲਕਾ ਗੁਰਦਾਸਪੁਰ ਦੇ ਜ਼ਿਲ੍ਹੇ ਗੁਰਦਾਸਪੁਰ 'ਚ ਆਪਣਾ ਸਿਰਫ ਵਿਧਾਨ ਸਭਾ ਹਲਕਾ ਬਟਾਲੇ ਵਿੱਚ 96 ਨੰਬਰ ਬੂਥ ਹੈ ਜਿਹੜਾ ਗ੍ਰੀਨ ਬੂਥ ਬਣਾਇਆ ਗਿਆ। ਤਕਰੀਬਨ 3 ਦਿਨ ਤੋਂ ਇਸ ਬੂਥ ਨੂੰ ਸੈਟਅਪ ਕਰਨ ਲਈ ਤਿਆਰੀ ਕਰ ਰਹੇ ਹਾਂ। ਸਕੂਲ ਦੇ 8-10 ਬੱਚੇ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਯੋਗਦਾਨ ਬਣਾਇਆ, ਜਿਵੇਂ ਕਿ ਤੁਸੀਂ ਮੈਂਸ਼ਨ ਕੀਤਾ ਕਿ ਬੱਚਿਆਂ ਨੇ 2-3 ਜਗ੍ਹਾ 'ਤੇ ਰੰਗੋਲੀਆਂ ਬਣਾਈਆਂ ਨੇ, ਹੋਰ ਵੀ ਜਿੱਥੇ ਸਾਨੂੰ ਕੋਈ ਡੈਕੋਰੇਸ਼ਨ ਦੀ ਲੋੜ ਸੀ, ਜਿਵੇਂ ਤੁਸੀਂ ਦੇਖ ਸਕਦੇ ਹੋ ਹੱਟ ਦੇ ਉੱਤੇ ਵੀ ਜਿਹੜੀ ਇਹ ਕਟਿੰਗ ਪੇਪਰ ਕਟਿੰਗ ਨਾਲ ਡੈਕੋਰੇਸ਼ਨ ਕੀਤੀ ਹੈ, ਵਿਦਆਊਟ ਪਲਾਸਟਿਕ ਬੱਚਿਆਂ ਨੇ ਪੇਪਰ ਕਟਿੰਗ ਨਾਲ ਡੈਕੋਰੇਸ਼ਨ ਕੀਤੀ, ਇਹ ਵੀ ਸਾਰਾ ਬੱਚਿਆਂ ਦਾ ਹੀ ਉਪਰਾਲਾ ਕੀਤਾ। ਅਸੀਂ ਬੱਚਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ।